ਅਮਰੀਕਾ ਦੇ ਵਰਜੀਨੀਆ ਸੂਬੇ ਦੇ ਗਵਰਨਰ ਗਲੇਨ ਯੰਕਿੰਗ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਦੇ ਉਪਕਰਨਾ ਅਤੇ ਵਾਇਰਲੈਸ ਨੈਟਵਰਕਾਂ ਤੇ ਟਿਕਟੌਕ ਅਤੇ ਵੀਚੈਟਸ ਸਮਿਤਿ ਕਈ ਚੀਨੀ ਐਪਾਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਨੇ ਯੰਕਿੰਗਨ ਦੇ ਕਾਰਜਕਾਰੀ ਆਦੇਸ਼ ਵਿੱਚ ਵਾਈਟ ਡਾਂਸ ਅਤੇ ਟੈਂਸੈਟ ਦੁਆਰਾ ਵਿਕਸਿਤ ਐਪ ਦਾ ਜ਼ਿਕਰ ਹੈ ਵਰਜੀਨੀਆ ਨਾਲ ਇਕਰਾਰਨਾਮੇ ਵਾਲੀਆਂ ਕੰਪਨੀਆਂ ਨੂੰ ਸਰਕਾਰੀ ਮਲਕੀਅਤ ਵਾਲੇ ਉਪਕਰਨਾ ਜਾਂ ਸੂਚਨਾ ਆਦੇਸ਼ ਵਿੱਚ ਕਿਹਾ ਗਿਆ ਹੈ ਟਿਕਟੌਕ ਅਤੇ ਵੀਚੈਟ ਡਾਟਾ ਚੀਨੀ ਕਮਿਊਨਿਸਟ ਪਾਰਟੀ ਦੇ ਲਈ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਸਾਧਨ ਨੇ ਅਤੇ ਉਹਨਾਂ ਦੀ ਲਗਾਤਾਰ ਮੌਜੂਦਗੀ ਰਾਸ਼ਟਰੀ ਸੁਰੱਖਿਆ ਖੂਫੀਆਂ ਪਾਈ ਜਾ ਰਹੀ ਹੈ ਅਤੇ ਹਰੇਕ ਅਮਰੀਕੀ ਨਾਗਰਿਕ ਦੀ ਨਿੱਜੀ ਗੋਪਨੀਯਤਾ ਦੇ ਲਈ ਖਤਰਾ ਨੇ ਰਿਪਬਲਿਕਨ ਪਾਰਟੀ ਦੇ ਨੇਤਾ ਨੇ ਇੱਕ ਬਿਆਨ ਚੁੱਕਿਆ ਹੈ ਕਿ ਅੱਜ ਅਸੀਂ ਰਾਜ ਸਰਕਾਰ ਦੇ ਉਪਕਰਨਾ ਅਤੇ ਵਾਇਰਲੈਸ ਨੈਟਵਰਕ ਨੂੰ ਕੋਸਪੈਟ ਤੋਂ ਬਚਾਉਣ ਅਤੇ ਰਾਜ ਸਰਕਾਰ ਦੇ ਡਾਟਾ ਅਤੇ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇਹ ਫੈਸਲਾ ਲੈ ਰਹੇ ਹਾਂ ਉਨ੍ਹਾਂ ਨੇ 14 ਹੋਰ ਰਾਜਪਾਲਾ ਵਿੱਚ ਸ਼ਾਮਲ ਹੋ ਗਏ ਨੇ ਜਿਨ੍ਹਾਂ ਨੇ ਅਜਿਹੇ ਕਦਮ ਚੁੱਕੇ ਨੇ ਇਸ ਦੇ ਨਾਲ ਹੀ ਕਾਂਗਰਸ ਵਿੱਚ ਸੰਗੀ ਸਰਕਾਰ ਦੇ ਉਪਕਰਨਾ ਵਿੱਚ ਅਜਿਹੇ ਐਪ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ